ਬੰਦੇ ਖਾਣੀਆਂ ਪੁਸਤਕ ਦੀ ਅਗਲੀ ਕਹਾਣੀ ਹੈ ਮੁੰਨਾ ਕੋ ਲਾਹੌਰ ਸਾਦ ਪਕੌੜੇ ਵੇਚ ਕੇ ਆਪਣੇ ਜੀਆ ਜੰਤ ਦਾ ਮਸਾਈ ਢਿੱਡ ਭਰਦਾ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁੱਟਦਾ ਇੰਜ ਸਾਦ ਆਪਣੇ ਹਾਲ ਚ ਮਸਤ ਚੋਰ ਆਪਣੇ ਮਾਲ ਚ ਮਸਤ ਵੇਲਾ ਆਪਣੀ ਚਾਲ ਚ ਮਸਤ ਸੀ ਕਹਾਣੀ ਦਾ ਮੁੱਢੀ ਬੇ ਟੰਗਾਏ ਦਾਰੀ ਜੁਲਾਹਾ ਬੋਲ ਪਿਆ ਗਾਂ ਕਹਾਣੀ ਕੀ ਹੋਣੀ ਹੈ ਕਹਾਣੀ ਸੁਣਾਉਂਦਾ ਬਾਬਾ ਭੋਜ ਵਿੱਚੋਂ ਟੋਕੇ ਜਾਣ ਤੇ ਭੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਚਾਹੀ ਲੈ ਕੇ ਪਿਆ। ਗਾਂ ਤਾਂ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਈ। ਪਹਿਲਾਂ ਤੂੰ ਇਹ ਦੱਸ ਕੇ ਕਹਾਣੀ ਦਾ ਮੁੱਢ ਕਿਵੇਂ ਬੇ ਟੰਗਾ ਈ। ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆ। ਹੱਸ ਕੇ ਕਹਿਣ ਲੱਗਾ। ਤੂੰ ਤਾਂ ਆਖਦਾ ਹੁੰਦਾ ਹੈ ਕਿ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਬਲਦਾ ਹੁੰਦਾ। ਤੇ ਹੁਣ ਆਪ ਹੀ ਦੱਸਦਾ ਏ ਕਿ ਚੋਰ ਆਪਣੇ ਬਾਲ ਬੱਚੇ ਨਾਲ ਬੁੱਲੇ ਲੁੱਟਦਾ ਹੁੰਦਾ ਸੀ। ਤੇ ਨਾਲੇ ਸਾਧ ਪਕੌੜੇ ਵੇਚਣ ਮਗਰੋਂ ਵੀ ਸਾਹ ਦੀ ਰਿਆ। ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅਪੜਿਆ ਬਾਬਾ ਦਾਰੀ ਦੀ ਗੱਲ ਨੂੰ ਚਿੱਥ ਜ਼ਰਾ ਉਹ ਆਖਦਾ ਹੈ ਕਿ ਹੱਟੀ ਵਾਲਾ ਤੇ ਚੋਰ ਜੇ ਸਕੇ ਭਰਾ ਨਹੀਂ ਤਾਂ ਤਾਈ ਚਾਚੇ ਦੇ ਪੁੱਤਰ ਭਰਾ ਤਾਂ ਜ਼ਰੂਰ ਹੁੰਦੇ ਨੇ ਇੱਕ ਨੇ ਗਾਹਕ ਨੂੰ ਲੁੱਟਣਾ ਇੱਕ ਨੇ ਸਾਕ ਨੂੰ ਬਾਬੇ ਭੋਜ ਮਾਸਟਰ ਦੀ ਸੁਣੀ ਅਨ ਸੁਣੀ ਕਰਦਿਆਂ ਕਿਆ ਦੀਵਾਨੀ ਬਲਦਾ ਕਦੇ ਤੇਰੇ ਜੇ ਰੱਬ ਦੇ ਮਾਰੇ ਚੋਰ ਦੇ ਘਰ ਜਿਹਨੇ ਸਵੇਰੇ ਉੱਠ ਕੇ ਮਸੀਤੇ ਜਾ ਕੇ ਨਹਾਉਣ ਤੋਂ ਪਹਿਲਾਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਹੈ ਬਾਬੇ ਦੀ ਗੱਲ ਅਜੇ ਵਿੱਚ ਹੀ ਸੀ ਦਾਰੀ ਹੱਸ ਕੇ ਕਹਿਣ ਲੱਗਾ ਰੋਜ਼ ਸਵੇਰੇ ਮੂਹ ਨੇਰੇ ਕੋਈ ਚੋਂ 100 ਬੋਕਾ ਕੱਢ ਕੇ ਸੁਕਾਵੇ ਤੇ ਟੂਟੀਆਂ ਭਰਨਾ ਮਸਜਿਦੀਆਂ ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇੱਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ ਮੈਂ ਕਦੇ ਜੇ ਕਦੇ ਮੈਂ ਗੁੱਜੇ ਚੋਂ ਤੇਲ ਦਾ ਚੋਹਾ ਲੈ ਲੈਣਾ ਤਾਂ ਕੀ ਗੁਨਾਹ ਹੋਇਆ ਅੱਲਾ ਦੇ ਕਰੋਨਾ ਲਵਾਂ ਤੇ ਹੋਰ ਕਿੱਥੋਂ ਲਵਾਂ ਦਾਰੀ ਦੀ ਗੱਲ ਦੇ ਹੋਰ ਕਿੱਥੋਂ ਲਮਾਂ ਵਾਲੀ ਗੱਲ ਤੇ ਬਾਬੇ ਦਾ ਹਾਸਾ ਨਿਕਲ ਗਿਆ ਬੋਲਿਆ ਪੁੱਤਰਾ ਜੇ ਕਦੇ ਤੈਨੂੰ ਸਵੇਰੇ ਉੱਠ ਕੇ ਤੇਲ ਮਲ ਕੇ ਨਹਾਉਣ ਦੀ ਆਦਤ ਨਾ ਹੋਵੇ ਤੂੰ ਕਦੇ ਮਸਜਿਦ ਵੱਲ ਮੁ ਵੀ ਨਾ ਕਰੇ ਜਾ ਕੇ ਰੋਜ਼ ਤੇਲ ਮਲਣਾ ਮਗਰੋਂ ਸਰੀਰ ਖੋਲਣ ਲਈ 10 ਵੀ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾਵੀਂ ਤਾਂ ਆਪ ਹੀ ਹੋਣਾ ਹੈ ਨਾ ਤੇ ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫੀਕ ਨਹੀਂ ਹੋਈ ਪਰ ਮੇਰੀ ਗੱਲ ਯਾਦ ਰੱਖੀ ਅੱਲਾ ਦੇ ਘਰ ਚੋਰੀ ਕਰਨਾ ਕੋੜਾ ਹੋ ਕੇ ਮਰੇਗਾ ਕੀੜੇ ਖਾਂਗੇ ਇਸ ਸਰੀਰ ਨੂੰ ਖੌਰੇ ਕੋੜੀ ਹੁੰਜਾ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ ਸਫਾਈ ਦਿੰਦੇ ਆ ਕਹਿਣ ਲੱਗਾ ਸੌ ਬੇਬੇ ਦੀ ਹੁਣ ਤਾਂ ਮੈਂ ਕੰਮ ਕਦੇ ਨਹੀਂ ਕੀਤਾ ਅਜੇ ਪਿਛਲੀ jumme rat ਨੂੰ ਤਾਂ ਮੈਂ ਸਵਾਰ ਰੁਪਏ ਦਾ ਤੇਲ ਮਸੀਤੇ ਪਾਇਆ ਤੇ ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਿਲਦਾ ਹੁਣ ਤਾਂ ਤੂੰ ਬਸ ਪੱਠੇ ਵੜਨਾ ਹੈ ਚੋਰੀ ਬਾਬੇ ਭੋਜ ਖੌਰੇ ਦਾਰੀ ਦੀ ਪਹਿਲੀ ਸਫਾਈ ਮੰਨ ਲਈ ਸੀ ਦਾਰੀ ਆਪਣੀ ਵਾਈ ਲੈ ਭਲਾ ਬਾਬਾ ਪੱਠੇ ਮੈਂ ਕਿੰਨੇ ਕੁ ਵੜਨਾ ਇੱਕ ਤਾਂ ਬੱਕਰੀ ਜਿੱਦੀ ਗਾਂ ਏ ਇੱਕ ਬਿੱਲੀ ਜਿੱਦੀ ਬੱਚੀ ਨਾਲੇ ਪੱਠੇ ਮੈਂ ਕਿਹੜੇ ਰੋਜ ਵੱਢਣਾ ਇੱਕ ਅੱਧਾ ਡੰਗ ਤਾਂ ਮੈਂ ਘਾਹ ਖੋਦੜ ਕੇ ਪਾ ਲੰਨਾ ਵਿੱਚੋਂ ਇੱਕ ਅੱਧਾ ਡੰਗ ਪੱਠੇ ਵੱਢ ਲਿਆਉਣਾ ਉਹ ਵੀ ਉਸ ਸ਼ੂਮ ਜੱਟ ਦੇ ਜਿਹੜਾ ਮੰਗਿਆ ਨਹੀਂ ਦਿੰਦਾ ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਭਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀ ਉਹ ਵੀ ਹਾਸ ਛੱਡਦਾ ਏ ਮੈਂ ਵੀ ਬਾਬਾ ਤੂੰ ਹੀ ਦੱਸ ਆਪਣੇ ਦੀਨ ਇਮਾਨ ਨਾਲ ਜੇ ਦਾਰੀ ਆਪਣੀ ਗਾਂ ਲਈਏ ਸ ਆਪਣੇ ਪਿੰਡ ਚੋਂ ਪੱਠੇ ਨਾ ਵੱਢੇ ਤਾਂ ਕਿੱਥੋਂ ਵੱਢੇ ਪਿੰਡੋਂ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਬਣਾ ਲਏ। ਬਾਬੇ ਭੋਜ ਦਾ ਫੇਰਾ ਸਾ ਢੁੱਲ ਪਿਆ ਹੱਸਦੇ ਹੱਸਦਿਆਂ ਬੋਲਿਆ। ਓਏ ਬੱਦਾਂ ਤੈਨੂੰ 100 ਵਾਰੀ ਆਖਿਆ ਜਦੋਂ ਕਿਤੇ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾ ਮੋਤੇ ਨਾ ਮਾਰਿਆ ਜਾਵੀਂ ਕਿਤੇ। ਓਏ ਚੋਰੀ ਪੱਠੇ ਵੱਢਦੇ ਆ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ ਥੇਲਾ ਮੁੱਲ ਨਹੀਂ ਪੈਂਦਾ ਜਏ ਬੰਦੇ ਦਾ। ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ ਜਿਸ ਪੱਠਿਆਂ ਦੇ ਰੁਗ ਤੋਂ ਮਾਰਿਕ ਤਣਾ ਹੋਵੇ ਮੈਂ ਤਾਂ ਉਹਦੇ ਵੱਡਨਾ ਜਿਹੜਾ ਜੇ ਉਹ ਤੋਂ ਫੜ ਵੀ ਲਵੇ ਤਾਂ ਆਪੇ ਆਪੇ ਪੱਚੀ ਹੋ ਜਾਵੇ ਦਾਰੀ ਚੈਕਦਿਆਂ ਗੱਲ ਟੋਰੀ ਸੁਣਿਆ ਨਹੀਂ ਬਾਬਾ ਇੱਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਪੰਨਿਆ ਪਰ ਸਨ ਤੇ ਫੜਿਆ ਗਿਆ ਭੈਣ ਤੇ ਪਣੂਜੇ ਭਲਾ ਕੀ ਆਖਣਾ ਸੀ ਸੋ ਰੋਟੀ ਪਾਣੀ ਖਵਾ ਕੇ ਘੱਲਿਓ ਨੇ ਤੇ ਚੋਰ ਪਛਾਂ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ ਫੜੇ ਜਾਣ ਤੇ ਅੱਪੜਿਆ ਤਾਂ ਦੱਸਿਓ ਸੂ ਮੈਨੂੰ ਫੜਨ ਵਾਲੇ ਵੀ ਭੈਣ ਤੇ ਪਨੂਜਾ ਸੀ ਬੇਲੀਆਂ ਦੇ ਪੁੱਛਣ ਤੇ ਭਈ ਫੇਰ ਕੀ ਹੋਇਆ ਹੱਸ ਕੇ ਆਖਣ ਲੱਗਾ ਹੋਣਾ ਕੀ ਸੀ ਮੈਨੂੰ ਵੇਖ ਕੇ ਮੇਰੀ ਭੈਣ ਤੇ ਪਨੂਜਾ ਢੇਰ ਪੱਚੀ ਹੋਏ ਬਾਬਾ ਤੇ ਮਾਸਟਰ ਹੱਸ ਪਏ ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ ਗੱਲਾਂ ਦਾ ਖਟਿਆ ਖਾਨਾ ਈ 우ਸਤਾਦ ਖੰਗ ਦਾ ਪੈਰ ਖਸੀਟ ਖਸੀਟ ਕੇ ਟੁਰਦਾ ਮੰਡਲੀ ਚ ਆ ਰਿਹਾ ਆ 우ਸਤਾਦ ਦਾ ਬਾਬੇ ਭੋਜ 우ਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ ਸੁਣਾ ਵਾਲੇ ਵਾਲ ਹੁਣ ਕੀ ਹੋਣਾ 10 ਕਦਮ ਟੁਰਨ ਨਾਲ ਬੁੱਢੇ ਉਸਤਾਦ ਨੂੰ ਸਾਥ ਚੜਿਆ ਹੋਇਆ ਸੀ ਨਿਹਾਲ ਜੀ ਆਵਾਜ਼ ਚ ਕਹਿਣ ਲੱਗਾ ਜੇ ਲੰਮੇ ਪੈ ਜਾਈਏ ਤਾਂ ਉੱਠ ਕੇ ਨਹੀਂ ਬੈਠਾ ਜਾਂਦਾ ਤੇ ਜੇ ਜ਼ੋਰ ਲਾਲ ਲਾਲੂ ਕੇ ਉੱਠੀ ਬਈਏ ਤਾਂ ਪੈਰੀ ਨਹੀਂ ਖਲੋਤਾ ਜਾਂਦਾ ਜੇ ਮਰ ਖੱਪ ਕੇ ਪੈਰੀ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤੱਕ 10 ਕਦਮ ਟੁਰੀ ਆਈਏ ਤਾਂ ਫਿਰ ਖੜੀ ਚੰਗੀ ਤੇ ਸਾਹੀ ਸਵਾਰਾ ਨਹੀਂ ਹੁੰਦਾ ਲੱਖ ਲਾਣ ਤੱਕ ਇਸ ਬੁੱਢਾ ਬੇਨੂੰ ਉਸਤਾਦ ਦੀ ਗੱਲ ਤੇ ਦਾਰੀ ਢੀਠਾ ਵਾਂਗ ਹੱਸ ਕੇ ਕਹਿਣ ਲੱਗਾ ਉਸਤਾਦ ਸਿਆਣੇ ਆ ਗਏ ਨੇ ਜਵਾਨੀ ਬੜੀ ਚੀਜ਼ ਐ ਬੁਢਾਪਾ ਬੜਾ ਲਾਂਤੀ ਸਣੇ ਉਸਤਾਦ ਸਾਰੇ ਐਸ ਪਏ ਭੋਜ ਤੇ ਉਸਤਾਦ 70 80 ਦੇ ਪੇਟੇ 'ਚ ਪੁਰਾਣੇ ਸੰਗੀ ਸਨ ਦੋਵੇਂ ਹਣੇ ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹ ਕੇ ਆਪਣੇ 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 ਕੰਮ ਲੱਗ ਗਏ ਭੋਜ ਵਾਈ ਜੋਤੀ ਵਿੱਚ ਤੇ ਉਸਤਾਦ ਭਾਂਡੇ ਬਣਾਉਣ ਤੇ ਕੋਤਿਆਂ ਦੇ ਭਾੜ ਢੋਣ ਵਿੱਚ ਪੋਜ ਦੀ ਵਾਈ ਜੋਤੀ ਉਹਦੇ ਪੁੱਤਰ-ਪੋਤਰਿਆਂ ਸਾਹਮਣੇ ਉਸਤਾਦ ਦੀ ਤਾਂ ਉਹਦਾ ਭਰਾ ਚੱਕ ਕੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ ਤੇ ਆ ਵੀ ਝਾੜ ਕੇ ਪਕਾਉਂਦਾ ਪਿੰਡੋਂ ਪਿੰਡ ਵੇਚਦਾ ਉਹਦਾ ਭਤੀਜਾ ਉਸਤਾਦ ਦੀ ਤਾਂ ਨਾ ਰੰਨ ਨਾ ਕੰਨ ਪਤਾ ਨਹੀਂ ਕਿ ਉਹ ਸਾਰੀ ਉਮਰ ਉਹਨੂੰ ਕਿੱਦਰੋਂ ਰੰਨ ਦਾ ਜੇ ਟੋਟਾ ਨਾ ਲੱਭਾ ਜਿਹਨੂੰ ਘਰ ਵਾਲੀ ਆਖਦੇ ਨੇ ਪਤਾ ਨਹੀਂ ਉਸਤਾਦ ਨੂੰ ਇਸ ਬਦਨਸੀਬੀ ਪਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ ਇਹਨਾਂ ਦੇ ਬਾਬਿਆਂ ਦੇ ਦੋ ਹੋਰ ਯਾਰ ਸਨ ਇੱਕ ਅੱਧ ਖੜੂ ਮਰਦਾ ਸੈਦ ਮਾਸਟਰ ਤੇ ਇੱਕ ਜਵਾਨ ਉਮਰ ਦਾ ਦਾਰੀ ਜੁਲਾਹਾ ਉਹਦਣ ਵੀ ਉਹ ਚਾਰੀ ਰੋਜ਼ ਵਾਂਗ ਬਾਬੇ ਭੋਜ ਦੀ ਹਵੇਲੀ 'ਚ ਬੈਠ ਕੇ ਰਾਤੀ ਇੱਧਰ ਉੱਧਰ ਦੀਆਂ ਮਾਰ ਰਹੇ ਸਨ ਬਾਬਾ ਗਾਂ ਟੁਰ ਹਣ ਅੰਦਾਰੀ ਬਾਬੇ ਨੂੰ ਆਖਿਆ ਬੜਾ ਟੁਰਿਆ ਆਪਣੀ ਉਮਰ 'ਚ ਪੁੱਤ ਬਾਬੇ ਭੋਜ ਨੇ ਚਮਕ ਕੇ ਕਿਹਾ ਇਥੋਂ ਤਰੀਕ ਭੁਗਤਣ ਟੁਰਦੇ ਲੋਹਾਰ ਜਾਂਦੇ ਪੂਰੇ 80 ਕੋ ਪਿੰਡੋਂ ਰੋਟੀ ਪੱਲੇ ਬਣ ਕੇ ਅੱਲਾ ਦਾ ਨਾਂ ਲੈ ਕੇ ਮਾਰਦੇ ਨਾਰਾ ਬੱਦੇ ਭਾਰ ਮੁਸਾਫਰਾਂ ਤੇ ਮੁੰਨਾ ਕੋ ਲੋਹਾਰ ਪਿੰਡੇ ਢਿੱਲਤੀ ਜੇ ਦਿਨ ਮੂ ਨੇਰੇ ਜਾਵੜ ਦੇ ਲੋਹਾਰ ਤਰੀਕ ਭੁਗਤ ਕੇ ਸ਼ਾਮੀ ਮੋੜ ਪੈਂਦੇ ਪਿਛਾ ਤੇ ਛਾਲਾ ਮਾਰਦੇ ਦੋ ਦਿਨਾਂ ਚ ਪਿੰਡ ਆ ਪੜਦੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ ਓਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ ਜਿਹਨੇ ਦੋ ਕੋ ਜਾਣਾ ਹੋਵੇ ਤੇ ਅੱਧਾ ਦਿਨ ਸਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਣਾ ਹੈ ਗੱਡੀਆਂ ਤਾਂ ਬੰਦੇ ਨਕਾਰੇ ਘਰ ਛੱਡੇ ਉਸਤਾਦ ਹੋ ਗਿਆਂ ਹੱਡਾਂ ਗੋਡਿਆਂ ਤੋਂ ਰਹਿ ਗਏ ਜਵਾਨ ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ ਜਵਾਨ ਤਾਂ ਸਾਹ ਸੱਤਿਆਂ ਵਾਲੇ ਹੁੰਦੇ ਸਨ ਮਾਸਟਰ ਬਹੁਤਾ ਗੱਲੜੀ ਨਹੀਂ ਸੀ ਪਰ ਬੋਲਣੋਂ ਰਹਿ ਨਾ ਸਕਿਆ ਗੱਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਐ ਬਾਬਿਓ ਸਵੇਰੇ ਝੜੋ ਗੱਡੀ ਤੇ ਤੇ ਲੋਹਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ ਜਿਹੜਾ ਪਿੰਡਾ ਤੁਸੀਂ 6 ਦਿਨਾਂ ਚ ਕਰਦੇ 100 ਹੁਣ 6 ਘੰਟਿਆਂ ਚ ਨਿਬੜ ਜਾਂਦੇ ਨੇ ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜਦੀਆਂ ਨੇ ਖੁੱਚਾਂ ਅਮਨ ਨਾਲ ਗੱਡੀ ਚ ਬਹਿ ਕੇ ਭਾਵੇਂ ਸੌ ਰਵੋ ਦਾਰੀ ਸਫਾਈ ਦੇੰ ਦਾ ਤਰਲਾ ਮਾਰਿਆ ਮੈਂ ਤੇ ਆਖਿਆ ਸੀ ਗੱਲ ਨੂੰ ਗਾਂ ਟੋਰੋ ਕਿਹੜੀ ਗੱਲ ਬਾਬੇ ਭੋਜ ਬੇਤਿਆਨੀ ਤੇ ਆਰਾਮ ਨਾਲ ਪੁੱਛਿਆ ਬਹੁਤ ਵਾਰੀ ਇੰਜ ਹੀ ਹੁੰਦਾ ਹੈ ਕਿ ਗੱਲ ਵਿੱਚੋਂ ਹੋਰ ਗੱਲ ਟੋਰ ਪੈਂਦੀ ਹੈ ਵਿੱਚੋਂ ਹੋਰ ਤੇ ਹੋਰ ਅਸਲ ਗੱਲ ਕਿਤੇ ਪਛਾਂ ਦੂਰ ਰਹਿ ਜਾਂਦੀ ਹੈ ਰੋਲੇ 'ਚ ਵਿਸਰ ਜਾਂਦੀ ਹੈ ਪਕੌੜੇ ਵੇਚਣ ਵਾਲੇ ਸਾਥ ਤੇ ਚੋਰ ਦੀ ਗੱਲ ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ ਹਾ ਹੋ ਅੱਛਾ ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ ਹੁਣ ਵਿੱਚ ਨਾ ਬੋਲੇ ਤੈਨੂੰ ਇੱਕ ਗੱਲ ਸੁਣਾਵਾਂ ਸੱਚੀ ਸੱਚੀ ਗੱਲ ਦੇ ਨਾਂ ਤੇ 우ਸਤਾਦ ਕਰਨ ਚੁੱਕੇ ਇੱਕ ਦੋ ਵਾਰੀ ਆਪਣੀ ਕਤਰਮੀ ਖੀਚੜੀ ਦਾੜੀ ਚ ਖੁਰ ਕੇ ਕਹਿਣ ਲਗਾ ਸੱਚ ਵੀ ਕਿੰਜ ਦਾ ਗਹਿਣਾ ਹੈ ਜਿਹੜੀ ਗੱਲ ਦੇ ਗੱਲ ਚ ਪਾ ਦਿਓ ਗੱਲ ਫਟ ਜਾਂਦੀ ਹੈ ਬਾਬੇ ਭੋਜ ਗੱਲ ਟੋਰੀ ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇੱਕ ਗਾਹ ਕਜਿਆ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਟਕਾਰ ਮਾਰ ਕੇ ਮੁੱਛਾ ਤੇ ਹੱਥ ਫੇਰਦਾ ਪੈਸੇ ਦਿੱਤੇ ਉਹ ਬਗੈਰ ਚੱਲਦਾ ਹੁੰਦਾ ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ ਨਾਈ ਗਾਗ ਕੁਝ ਦੇਂਦਾ ਹੱਟੀ ਵਾਲਾ ਸੋਚਦਾ ਮੁਫਤ ਤੋੜੇ ਗਾਗ ਨੂੰ ਕਦੇ ਤਾਂ ਹਿਆਉ ਉੜ ਕੇ ਕਿ ਨਾ ਇੱਕ ਦਿਨ ਉਸ ਰੋਜ ਦੇ ਧਰੋ ਤੋਂ ਮੁੜ ਜਾਉ ਪਰ ਨਾ ਤਾਂ ਮੁਫਤ ਤੋੜੇ ਗਾਗ ਨੂੰ ਹਿਆਈ ਤੇ ਨਾਈ ਹੱਟ ਹੱਟੀ ਵਾਲੇ ਉਹਨੂੰ ਕਦੇ ਜਤਾਇਆ ਪਤਾ ਨਹੀਂ ਮਾੜੇ ਹੋਣ ਪਰ ਉਹ ਜਾਂ ਭਲੇ ਮਾਨ ਸਹਣ ਕਰਨੇ ਕੰਮ ਵਾਰਾ ਦੋ ਚੱਲਦਾ ਰਿਹਾ ਦਾਰੀ ਰਹਿ ਨਾ ਸਕਿਆ ਆਖਣ ਲੱਗਾ ਹੱਟੀ ਵਾਲਾ ਦੇਂਦਾ ਅਰਜ਼ੀ ਪਰਚਾ ਠਾਣੇ 'ਚ

ਪਕੌੜਿਆਂ ਵਾਲੇ ਦੀ ਪੱਟੀ ਤੇ ਕੜਾਈ ਧੋਤੀ ਮਾਂਜੀ ਮੁੱਦੀ ਪਈ ਹੱਟੀ ਵਾਲਾ ਸਿਰ ਫੜ ਕੇ ਬੈਠਾ ਕੀ ਹੋਇਆ ਅੱਜ ਪਕੌੜੇ ਨਹੀਂ ਕੱਢੇ ਭਲਿਆ ਉਹਨੇ ਪੁੱਛਿਆ ਜੋ ਹੈ ਸੀ ਤੂੰ ਖਾ ਗਿਆ ਇਹ ਬਰੇ ਦੋ ਇੰਚ ਮੇਰੀ ਰਾਸ ਮੁੱਕ ਗਈ ਏ ਹੁਣ ਕਾਦੇ ਨਾਲ ਕੱਢਾਂ ਪਕੌੜੇ ਹੱਟੀ ਵਾਲੇ ਰੋਂਦੀ ਆਵਾਜ਼ ਚ ਕਿਹਾ ਅੱਛਾ ਕੁਝ ਦੇਰ ਸੋਚ ਕੇ ਗਾਹ ਕਾ ਆਖਿਆ ਕੱਲ ਹੱੱਟੀ ਜ਼ਰੂਰ ਖੋਲ੍ਹੀ ਮੈਂ ਇਸ ਕੁ ਵੇਲੇ ਆਵਾਂਗਾ ਅਗਲੇ ਦਿਨ ਕੀਤੇ ਹੋਏ ਕਿਰਾਰ ਤੇ ਗਾਹ ਕਾ ਕੱਪੜੇ ਆਇ ਇੱਕ ਪੋਟਲੀ ਹੱੱਟੇ ਵਾਲੀ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ ਕਦੇ ਪਹਿਲਾਂ 10 ਦਿਨ ਤੋਂ ਤਾਂ ਤੇਰੀ ਪੱਠੀ ਠੰਢੀ ਕਦੇ ਨਾ ਹੁੰਦੀ ਆਪਣੀ ਹੱਟੀ ਚਲਾ ਭਲਿਆ ਜਦੋਂ ਇਹ ਮੁੱਖ ਜਾਵਣ ਫਿਰ ਫੂਕ ਮਾਰ ਛੱਡੀ ਮੇਰੇ ਕੰਨ ਚ ਤੇ ਹੱਟੀ ਵਾਲੇ ਨੂੰ ਹੈਰਾਨ ਪਰੇਸ਼ਾਨ ਛੱਡ ਕੇ ਚਲਦਾ ਹੋਇਆ ਪੋਟਲੀ ਸੋਨੇ ਦੀਆਂ ਮੋਹਰਾਂ ਟੁੰਬਾ ਤੇ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ ਪਕੌੜੀਆਂ ਵਾਲੇ ਪਕੌੜਿਆਂ ਵਾਲੇ ਇੰਨੀ ਦੌਲਤ ਕਦੇ ਖਾਬ ਚ ਵੀ ਨਹੀਂ ਸੀ ਵੇਖੀ ਸੱਤ ਅੱਠ ਦਿਹਾੜੇ ਮਗਰੋਂ ਸ਼ਹਿਰ ਚ ਇੱਕ ਨਾਮੀ ਗ੍ਰਾਮੀ ਚੋਰ ਨੂੰ ਸੋਲੇ ਚੜ੍ਹਨ ਦੀ ਡੋਂਡੀ ਪਿੱਟੀ ਗਈ ਜਿਨੇ ਇੱਕ ਸਰਦਾਰ ਦਾ ਝੁੱਗਾ ਭੰਨਿਆ ਸੀ ਉੱਤੋਂ ਚੋਰੀ ਨਹੀਂ ਸੀ ਮੰਨਦਾ ਮਾਲ ਨਹੀਂ ਸੀ ਦਿੰਦਾ ਸੂਲੀ ਸ਼ਹਿਰ ਦੇ ਵੱਡੇ ਚੌਂਕ 'ਚ ਦਿੱਤੀ ਜਾਣੀ ਸੀ ਸਾਰਾ ਸ਼ਹਿਰ ਤਮਾਸ਼ਾ ਵੇਖਣ ਆਇਆਇਆ ਸੀ ਤੇ ਵਿੱਚ ਉਹ ਪਕੌੜਿਆਂ ਵਾਲਾ ਵੀ ਸੀ ਪਕੌੜਿਆਂ ਵਾਲੇ ਸੂਲੀ ਤੇ ਥੜੇ ਤੇ ਕੱਸੀਆਂ ਮੁਸ਼ਕਾਂ ਬਦ ਦਿਖ ਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਪਲ ਭਰ 'ਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ ਚੋਰੀ ਦਾ ਮਾਲ ਮੋੜਿਆਂ ਘਰੇ ਚੋਰੀ ਦੀ ਚੋਰ ਦੀ ਜਾਨ ਵੱਜ ਜਾਏ ਹੱਟੀ ਵਾਲੀ ਸੋਚਿਆ ਭੇਡ ਨੂੰ چیرਦਾ ਸੂਲੀ ਦੇ ਥੜੇ ਵੱਲ ਵਧਿਆ ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ ਪਰ ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ ਚੋਰ ਨੇ ਖੋਰੇ ਉਹਦੀਆਂ ਅੱਖਾਂ 'ਚ ਪੜ ਲਿਆ ਸੀ ਹੱਸਿਆ ਤੇ ਉੱਚੀ ਆਵਾਜ਼ ਨਾਲ ਜਿਵੇਂ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਹੀ ਦੇਣਾ ਹੈ ਇਸ ਲਈ ਜਿਸ ਭਲੇਮਾਨਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ ਜੋ ਸਾਰਾ ਨਾਂ ਵੀ ਰੱਖਣਾ ਚਾਵੇ ਤੇ ਜਿੰਨਾ ਮੈਂ ਉਹਦਾ ਕਰਜ਼ਾ ਦੇਣਾ ਹੈ ਉਹ ਰੱਖ ਕੇ ਬਾਕੀ ਮਾਲ ਚੋਂ ਸ਼ਹਿਰ ਦੇ ਲੋਕਾਂ ਲਈ ਖੂਹ ਲਵਾ ਦੇਵੇ ਸਰਾਮ ਬਣਾ ਦੇਵੇ ਚੋਰ ਸੂਲੀ ਚੜ ਗਿਆ ਬਾਬਾ ਭੋਜ ਖਲੋ ਗਿਆ ਗੱਲ ਕਰਦਾ ਖੋਰੀ ਸਾ ਲੈਣ ਲਈ ਫਿਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਬਣਵਾ ਦਿੱਤੀ ਮੁਸਾਫਰਾਂ ਲਈ ਸਰਾ ਮੋਇਆਂ ਦੇ ਥੇਹ ਚ ਦਾਰੀ ਹੱਸ ਕੇ ਕਹਿਣ ਲੱਗਾ ਖਾ ਗਿਆ ਹੋਣਾ ਹੈ ਹੱਟੀ ਵਾਲਾ ਸਾਰਾ ਕੁਝ ਨਹੀਂ ਭਾਈ ਬਾਬੇ ਭੋਜ ਗਿਆ ਉਦੋਂ ਵਜੇ ਲੋਕਾਂ 'ਚ ایمان ਦੀ ਰੱਤੀ ਹੈ ਸੀ ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ 'ਚ ਦਸ ਖੂਹ ਲਵਾ ਦਿੱਤੇ ਇੱਕ ਸਰਾਹ ਬਣਵਾ ਦਿੱਤੀ ਮੁਸਾਫਰਾਂ ਲਈ ਕਈ ਸਦੀਆਂ ਲੋਹਾਰ ਸ਼ਹਿਰ ਦੇ ਲੋਕ ਤੇ ਲਾਹੌਰ 'ਚੋਂ ਬਾਹਰੋਂ ਆਉਣ ਵਾਲੇ ਮੁਸਾਫਰ ਉਸ ਚੋੜ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਉਹਨੂੰ ਦੁਆਵਾਂ ਦੇਂਦੇ ਰਹੇ ਸਦੀਆਂ ਮਾਸਟਰ ਹੈਰਾਨ ਹੋ ਕੇ ਬਿਚੇ ਆਹੋ ਬਾਬੇ ਭੋਜ ਮਾਸਟਰ ਦੀਆਂ ਅੱਖਾਂ 'ਚ ਵੇਖ ਕੇ ਕਿਹਾ ਇਕ ਗੱਲ ਕੋਈ 4 ਸਦੀਆਂ ਪੁਰਾਣੀ ਏ ਪਰ ਸੱਚੀ ਏ ਇਸ ਕਰਕੇ ਅੱਜ ਵੀ ਜਿਉਂਦੀ ਏ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਕਦੇ ਬੁੱਢਾ ਨਹੀਂ ਹੁੰਦਾ ਸੱਚ ਕਦੇ ਨਹੀਂ ਮਰਦਾ ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉੱਠਦਿਆਂ ਹੋਇਆਂ ਦੋ ਟੁਕ ਤਰੀਕੇ ਨਾਲ ਗੱਲ ਕੀਤੀ ਧੰਨਵਾਦ